ਸੰਯੁਕਤ ਰਾਸ਼ਟਰ ਦੀ ਖੁਰਾਕ ਏਜੰਸੀ ਮੁਤਾਬਕ ਯੂਕਰੇਨ ਸੰਕਟ ਕਾਰਨ ਦੁਨੀਆ ਵਿੱਚ ਖੁਰਾਕੀ ਵਸਤਾਂ 8-20% ਮਹਿੰਗੀਆਂ ਹੋ ਸਕਦੀਆਂ ਨੇ। ਰੂਸ ਅਤੇ ਯੂਕਰੇਨ ਦੋਵੇਂ ਹੀ ਦੁਨੀਆ ਦੇ ਵੱਡੇ ਖੇਤੀ ਉਤਪਾਦਕ ਦੇਸ਼ ਨੇ, ਜੋ ਕਿ ਲਗਭਗ ਦੁਨੀਆ ਦੀ 30% ਕਣਕ, 20% ਮੱਕੀ ਅਤੇ 80% ਸੂਰਜਮੁਖੀ ਦਾ ਤੇਲ ਪੈਦਾ ਕਰਦੇ ਨੇ। ਯੂਕਰੇਨ ਨੂੰ ਤਾਂ ਅਕਸਰ ਯੂਰਪ ਦੀ ਖਾਣੇ ਦੀ ਟੋਕਰੀ ਕਿਹਾ ਜਾਂਦਾ ਹੈ, ਹਾਲਾਂਕਿ ਇਹ ਸਭ ਕੁਝ ਹੁਣ ਸੰਕਟ ਦੇ ਵਿੱਚ ਹੈ। ਕਾਲੇ ਸਾਗਰ ਵਿੱਚ ਖੁੱਲ੍ਹਦੀਆਂ ਮੁੱਖ ਬੰਦਰਗਾਹਾਂ ਬੰਦ ਨੇ। ਰੂਸੀ ਫੌਜਾਂ ਦੇ ਦੱਖਣੀ ਯੂਕਰੇਨ ਉੱਪਰ ਹਮਲੇ ਕਾਰਨ ਯੂਕਰੇਨ ਤੋਂ ਖੁਰਾਕੀ ਵਸਤਾਂ ਦੀ ਬਰਾਮਦ ਰੁਕੀ ਹੋਈ ਹੈ। ਦੂਜੇ ਪਾਸੇ ਰੂਸ ਉੱਪਰ ਪੱਛਮੀ ਦੇਸ਼ਾਂ ਨੇ ਸਖ਼ਤ ਆਰਥਿਕ ਪਾਬੰਦੀਆਂ ਵੀ ਲਗਾ ਦਿੱਤੀਆਂ ਨੇ। ਕਣਕ ਦੀਆਂ ਕੀਮਤਾਂ ਇਸ ਮਹੀਨੇ ਦੌਰਾਨ 40% ਤੱਕ ਵਧੀਆਂ ਨੇ। ਦੁਨੀਆ ਦੇ ਕਈ ਗਰੀਬ ਦੇਸ਼ਾਂ ਉੱਪਰ ਇਸ ਦੀ ਮਾਰ ਪੈਣੀ ਲਾਜ਼ਮੀ ਹੈ। ਯਮਨ ਵਿੱਚ ਸਾਲ 2014 ਤੋਂ ਜੰਗ ਚੱਲ ਰਹੀ ਹੈ। ਉਹ ਆਪਣੀ ਜ਼ਰੂਰਤ ਦੀ ਜ਼ਿਆਦਾਤਰ ਕਣਕ ਬਾਹਰੋਂ ਹੀ ਮੰਗਵਾਉਂਦਾ ਹੈ। ਯਮਨ ਕਣਕ ਦੀ ਆਪਣੀ ਕੁੱਲ ਦਰਾਮਦ ਦਾ 1/3 ਰੂਸ ਅਤੇ ਯੂਕਰੇਨ ਤੋਂ ਮੰਗਵਾਉਂਦਾ ਹੈ। ਯੂਕਰੇਨ ਸੰਕਟ ਤੋਂ ਪਹਿਲਾਂ ਹੀ ਵਰਲਡ ਫੂਡ ਪ੍ਰੋਗਰਾਮ ਵੱਲੋਂ ਅਸੀਂ ਇੱਥੇ ਯੂਕਰੇਨ ਵਿੱਚ 50% ਕਣਕ ਜਿਣਸਾਂ ਖਰੀਦ ਰਹੇ ਸੀ। ਯੂਕਰੇਨ ਦੁਨੀਆ ਨੂੰ ਵੱਡੇ ਪੱਧਰ 'ਤੇ ਖਾਣਾ ਦਿੰਦਾ ਹੈ। ਯਮਨ, ਇਥੋਪੀਆ, ਸੀਰੀਆ, ਮੈਂ ਹੋਰ ਵੀ ਨਾ ਗਿਣਵਾ ਸਕਦਾ ਹਾਂ। ਤਣਾਅ ਕਾਰਨ ਦੂਜੇ ਦੇਸ਼ਾਂ ਵਿੱਚ ਲੋਕ ਘਬਰਾਹਟ ਵਿੱਚ ਆ ਕੇ ਖਰੀਦਦਾਰੀ ਕਰ ਰਹੇ ਨੇ। ਦੁਨੀਆ ਵਿੱਚ ਜੋ ਖਾਦ ਬਣਦੀ ਹੈ ਉਸ ਵਿੱਚ ਵਰਤੇ ਜਾਣ ਵਾਲੇ 25% ਪੋਸ਼ਕ ਤੱਤ ਰੂਸ ਹੀ ਸਪਲਾਈ ਕਰਦਾ ਹੈ। ਦੁਨੀਆ ਦੀ ਅੱਧੀ ਆਬਾਦੀ ਨੂੰ ਖਾਦ ਦੇ ਨਤੀਜੇ ਵਜੋਂ ਭੋਜਨ ਮਿਲਦਾ। ਜੇ ਖੇਤ ਤੋਂ ਹਟਾ ਲਿਆ ਗਿਆ ਤਾਂ ਕੁਝ ਫਸਲਾਂ ਲਈ ਪਹਿਲੇ ਸੀਜ਼ਨ ਵਿੱਚ ਹੀ 50% ਦੀ ਗਿਰਾਵਟ ਆਵੇਗੀ। ਇਸ ਲਈ ਸਾਰੇ ਸੰਸਾਰ ਲਈ ਭੋਜਨ ਸੁਰੱਖਿਆ ਦਾ ਇਹ ਇੱਕ ਅਹਿਮ ਹਿੱਸਾ ਹੈ। ਰੂਸ ਹੁਣ ਇਹਨਾਂ ਉੱਪਰ ਰੋਕ ਲਗਾਉਣੀ ਚਾਹੁੰਦਾ ਹੈ। ਜੇ ਭੋਜਨ ਦੀ ਸੁਰੱਖਿਆ ਨਾ ਰਹੀ ਤਾਂ ਸਿਆਸੀ ਅਸਥਿਰਤਾ ਵੀ ਆ ਸਕਦੀ ਹੈ। ਹਾਲ ਹੀ ਵਿੱਚ ਇਰਾਕ ਵਿੱਚ ਖੁਰਾਕੀ ਵਸਤਾਂ ਦੀ ਮਹਿੰਗਾਈ ਕਾਰਨ ਮੁਜ਼ਾਹਰੇ ਵੀ ਹੋਏ ਨੇ। ਇਰਾਕ ਦੀ ਸਰਕਾਰ ਨੇ ਮਹਿੰਗਾਈ ਲਈ ਯੂਕਰੇਨ ਸੰਕਟ ਨੂੰ ਜ਼ਿੰਮੇਵਾਰ ਦੱਸਿਆ ਹੈ। ਕਈ ਮੁਲਕਾਂ ਨੇ ਖੁਰਾਕੀ ਵਸਤਾਂ ਬਾਹਰ ਭੇਜਣ ਉੱਪਰ ਰੋਕ ਲਗਾ ਦਿੱਤੀ ਹੈ। ਸਾਨੂੰ ਸਾਡੇ ਅਨਾਜ ਦੇ ਭੰਡਾਰ ਵਿੱਚੋਂ 1/4 ਹਿੱਸਾ ਦੇਣ ਦੀ ਮੰਗ ਆਈ ਸੀ। ਸਿਰਫ ਇੱਕ ਦਿਨ ਵਿੱਚ ਹੀ ਅਨਾਜ ਦੀ ਅਜਿਹੀ ਮੰਗ ਹੈ ਕਿ ਭਾਅ ਅਸਮਾਨ ਨੂੰ ਛੂ ਗਏ ਹਨ। ਹਰ ਕਿਸੇ ਨੂੰ ਲੋਕਾਂ ਲਈ ਖਾਣਾ ਦੇਣਾ ਚਾਹੀਦਾ ਹੈ, ਇਸੇ ਲਈ ਇਸ ਤਰ੍ਹਾਂ ਦੇ ਕਦਮ ਚੁੱਕੇ ਹਨ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੁਨੀਆ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਚੜ੍ਹ ਰਹੀਆਂ ਸਨ। ਰੂਸ ਦੇ ਹਮਲੇ ਤੋਂ ਪਹਿਲਾਂ ਹੀ ਦੁਨੀਆ ਭਰ ਵਿੱਚ ਖੁਰਾਕੀ ਵਸਤਾਂ ਦੀਆਂ ਕੀਮਤਾਂ ਪਿਛਲੇ 10 ਸਾਲਾਂ ਦੌਰਾਨ ਸਭ ਤੋਂ ਉੱਤੇ ਸਨ। ਹੁਣ ਰੂਸ ਅਤੇ ਯੂਕਰੇਨ ਦੁਨੀਆ ਨੂੰ ਪਹਿਲਾਂ ਵਾਂਗ ਖਾਣਾ ਸਪਲਾਈ ਨਹੀਂ ਕਰ ਪਾ ਰਹੇ। ਦੁਨੀਆ 'ਤੇ ਮੰਡਰਾ ਰਿਹਾ ਖੁਰਾਕੀ ਵਸਤਾਂ ਦਾ ਇਹ ਸੰਕਟ ਜਲਦੀ ਖਤਮ ਹੁੰਦਾ ਵੀ ਨਜ਼ਰ ਨਹੀਂ ਆ ਰਿਹਾ।